ਹਾਂਜੀ, ਮੇਰੀ ਤਰ੍ਹਾਂ ਤੁਸੀਂ ਵੀ ਸਬਵੇ ਜਾਂ ਰੈਪ ਦੇ ਸ਼ੌਕੀਨ ਹੋ। ਬਹੁਤ ਘੱਟ ਪੈਸਿਆਂ ਦੇ ਵਿੱਚ ਤੁਸੀਂ ਸਬਵੇ ਖਾਣਾ ਚਾਹੁੰਦੇ ਹੋ, ਵੈਜ ਜਾਂ ਨੌਨ ਵੈਜ, ਤਾਂ BMW ਫਲਾਈਓਵਰ ਦੇ ਥੱਲੇ ਟਿਪਸੀ ਟਰੱਕ, ਜੋ ਕਿ ਆਪਣੀ ਪੰਜਾਬੀ ਭਰਾਵਾਂ ਵੱਲੋਂ ਹੀ ਚਲਾਇਆ ਜਾ ਰਿਹਾ ਹੈ, ਬਹੁਤ ਸੋਹਣਾ ਉਪਰਾਲਾ ਹੈ ਔਰ ਤੁਸੀਂ ਜ਼ਰੂਰ ਇੱਥੇ ਵਿਜ਼ਿਟ ਕਰਕੇ ਦੇਖੋ। ਇਸ ਦੇ ਨਾਲ ਨਾਲ ਤੁਸੀਂ ਬਰਗਰ, ਰੋਲ ਜਾਂ ਕਿਸੇ ਵੀ ਤਰੀਕੇ ਦਾ ਹੋਰ ਖਾਣਾ ਇੰਜੋਏ ਕਰਨਾ ਚਾਹੁੰਦੇ ਹੋ ਜੋ ਕਿ ਸਟਰੀਟ ਫੂਡ ਹੈ, ਤਾਂ ਇੱਥੇ ਆ ਕੇ ਜ਼ਰੂਰ ਤੁਸੀਂ ਘੱਟ ਕੀਮਤ ਦੇ ਵਿੱਚ ਆਪਣਾ ਮਨਪਸੰਦ ਸਟਰੀਟ ਫੂਡ ਇੰਜੋਏ ਕਰ ਸਕਦੇ ਹੋ। ਇਹ ਤੁਹਾਨੂੰ ਦਿਖਾ ਦੇਣਾ, ਇੱਥੇ ਆਲੇ ਦੁਆਲੇ ਸਬਜ਼ੀ ਦੀਆਂ ਰੇਹੜੀਆਂ ਲੱਗੀਆਂ ਹੋਈਆਂ ਨੇ ਔਰ ਉਹਨਾਂ ਦੇ ਵਿੱਚ ਦੋਨਾਂ ਭਰਾਵਾਂ ਦਾ ਉਪਰਾਲਾ। ਥੋੜ੍ਹਾ ਵੇਟ ਜ਼ਰੂਰ ਕਰਨਾ ਪਏਗਾ, 10 ਮਿੰਟ, ਕਈ ਵਾਰ 15 ਮਿੰਟ, ਕਿਉਂਕਿ ਇੱਥੇ ਅੱਜ ਕੱਲ੍ਹ ਔਡਰ ਬਹੁਤ ਜ਼ਿਆਦਾ ਨੇ। ਲੋਕ ਦੂਰੋਂ ਫੋਨ ਕਰ ਦਿੰਦੇ ਨੇ, ਫਿਰ ਉਹਨਾਂ ਦੇ ਔਡਰ ਇਹ ਬਣਾ ਕੇ ਰੱਖ ਲੈਂਦੇ ਨੇ। ਮੈਂ ਆਪਣੇ ਇਸ ਵੀਡੀਓ ਦੇ ਵਿੱਚ ਇਹਨਾਂ ਦਾ ਫੋਨ ਨੰਬਰ ਵੀ ਸ਼ੇਅਰ ਕਰ ਦਿੱਤਾ ਹੈ, ਤੁਸੀਂ ਆਉਣ ਤੋਂ ਪਹਿਲਾਂ ਇਹਨਾਂ ਨੂੰ ਫੋਨ ਕਰਕੇ ਆਪਣੇ ਸਬਵੇ ਜਾਂ ਰੈਬ ਬੁੱਕ ਕਰਾ ਦਿਓ, ਤਾਂ ਕਿ ਤੁਹਾਨੂੰ ਜ਼ਿਆਦਾ ਵੇਟ ਨਾ ਕਰਨੀ ਪਵੇ। ਅਤੇ ਮੈਂ 3-4 ਵਾਰ ਇੱਥੇ ਆ ਕੇ ਵਿਜ਼ਿਟ ਕਰਕੇ ਦੇਖ ਚੁੱਕਿਆ, ਖਾ ਕੇ ਮੈਨੂੰ ਮੇਰਾ ਮਨਪਸੰਦ ਸਬਵੇ, ਜੋ ਕਿ ਮੇਨ ਜੇ ਸਬਵੇ ਉੱਥੇ ਖਾਣ ਜਾਈਏ ਤਾਂ 500-550 ਦੇ 2 ਪੈ ਜਾਂਦੇ ਸੀ, ਇੱਥੇ ਤੁਹਾਨੂੰ 90-99 ਦਾ ਇੱਕ ਸਬ ਮਿਲ ਜਾਏਗਾ ਔਰ ਸੇਮ ਟੇਸਟ, ਬਕਾਇਦਾ ਉੱਦਾਂ ਦਾ ਹੀ ਟੇਸਟ, ਕਿਸੇ ਕਿਸਮ ਦਾ ਤੁਹਾਨੂੰ ਫਰਕ ਨਹੀਂ ਮਹਿਸੂਸ ਹੋਵੇਗਾ। ਔਰ ਰੈਪ ਵੀ ਬੜੇ ਸੋਹਣੇ ਬਣਾਉਂਦੇ ਹਨ, ਵੈਜ ਜਾਂ ਨੌਨ ਵੈਜ। ਨੌਨ ਵੈਜ 'ਚ ਖਾਸ ਕਰ ਇੰਨੀਆਂ ਵਰਾਇਟੀਆਂ ਹੀ ਨਹੀਂ, ਚਿਕਨ ਤੰਦੂਰੀ ਜ਼ਰੂਰ ਇਹਨਾਂ ਦੇ ਕੋਲ ਸਬਵੇ ਔਰ ਰੈਪ ਮਿਲ ਜਾਂਦਾ,